ਸਿੱਧੂ ਮੂਸੇਵਾਲੇ ਨੂੰ ਜਦੋਂ ਤੁਸੀਂ ਮਿਲੇ, ਜਦੋਂ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਦਾ ਕੀ ਕਾਲ ਆਈ ਤੁਹਾਨੂੰ ਜਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਜ਼ਿਕਰ ਇਦਾਂ ਸੀ, ਬਾਈ ਆਰਨੇਤ ਨੇ ਗੀਤ ਲਿਖਿਆ ਸਾਰਾ ਤੇ ਉਹਨਾਂ ਨੇ ਮਤਲਬ ਕਿ ਲਿਖਿਆ ਸੀਗਾ ਤੇ ਉਹ ਮੈਨੂੰ ਕਹਿੰਦੇ ਵੀ ਇਦਾਂ ਵਿੱਚ ਨਾ ਪਾਇਆ। ਮੈਂ ਠੀਕ ਆ, ਆਪਾਂ ਨੂੰ ਕੀ ਪ੍ਰੋਬਲਮ ਵੀ ਬੰਦੇ ਵਧੀਆ ਆਪਾਂ ਤਾਂ ਆਪ ਸੁਣਦੇ ਰਹੀਦਾ। ਤੇ ਉਹਨਾਂ ਥਰੂ ਹੀ ਉਹਨਾਂ ਦਾ ਲਿਖਿਆ ਸੀ ਗੀਤ, ਉਹਨਾਂ ਨੇ ਪਾਤਾ ਨਾਮ ਤੇ ਮੈਂ ਤਾਂ ਗਾਉਣ ਵਾਲਾ ਸੀ। ਮੈਂ ਗਾ ਮਤਲਬ ਵੈਸੇ ਕਦੀ ਗੱਲਬਾਤ ਨਹੀਂ ਹੋਈ ਸੀ? ਨਹੀਂ, ਗੱਲਬਾਤ ਨਹੀਂ ਹੋਈ ਸੀਗੀ ਤੇ ਬਸ ਇਦਾਂ ਹੀ ਮਤਲਬ ਗਾਤਾ ਆਪਾਂ ਜੀ। ਅੱਜ ਤੱਕ ਵੈਸੇ ਤੁਹਾਡੀ ਗੱਲ ਹੁੰਦੀ ਕਦੀ? ਨਹੀਂ ਨਹੀਂ, ਮੇਰੀ ਨਹੀਂ ਹੋਈ ਗੱਲ ਹੈ। ਉਹਨਾਂ ਨਾਲ ਗੱਲ ਨਹੀਂ, ਆਰਨੇਤ ਨਾਲ ਹੁੰਦੀ ਹੈ। ਆਰਨੇਤ ਬਾਈ ਨਾਲ ਹੋਈ ਗੱਲ ਹੈ ਜੀ। ਵੈਸੇ ਸਿੱਧੂ ਦੇ ਕਿਹੜੇ ਕਿਹੜੇ ਗੀਤ ਆ ਜਿਹੜੇ ਤੁਹਾਨੂੰ ਪਰਸਨਲੀ ਪਸੰਦ ਨੇ? ਪਰਸਨਲੀ ਮੈਨੂੰ ਪਸੰਦ ਸਾਰੇ ਹੀ ਆ ਜੀ। ਵੈਸੇ ਤਾਂ ਇੱਕ ਸਿੱਧੂ ਦੇ ਫੈਨ ਕਹਿ ਸਕਦੇ ਆ? ਫਿਰ ਕਹਿ ਸਕਦੇ ਆ ਜੀ, ਕਹਿ ਸਕਦੇ, ਨੋ ਪ੍ਰੋਬਲਮ ਆ। ਬੀ ਟਾਊਨ ਗੀਤ ਬੜਾ ਸੋਹਣਾ ਲੱਗਦਾ ਜੀ ਮੈਨੂੰ। ਹਾਂ ਜੀ ਹਾਂ, ਉਹਨਾਂ ਦਾ ਵੀ ਜੇ ਕਿਤੇ ਹੋਇਆ ਤੇ ਮੈਂ ਜ਼ਰੂਰ, ਕਹਿੰਦੇ ਹੁੰਦੇ ਨਾ ਵੀ ਕੋਈ ਗੀਤ ਕਰਨ ਦੀ ਇੱਛਾ ਹੁੰਦੀ ਹੈ ਵੀ ਉਹ ਗੀਤ ਯਾਰ ਮੈਂ ਗਾਉਣਾ ਹੈਗਾ, ਇਦਾਂ ਹੁੰਦਾ। ਹਾਂਜੀ, ਸੋ ਇਹ ਇੱਛਾ ਰੱਖਦੇ ਹੋ ਕਿ ਜਿੱਦਾਂ ਤੁਸੀਂ ਰਣਵੀਰ ਸਿੰਘ ਨਾਲ ਰੱਖਦੇ ਹੋ, ਪੰਜਾਬੀ ਦੀ ਜੇਕਰ ਗੱਲ ਕਰਾਂ, ਪੰਜਾਬੀ ਕਲਾਕਾਰਾਂ ਦੀ, ਤਾਂ ਉਹਨਾਂ ਦੇ ਵਿੱਚ ਕਿਹੜਾ ਸ਼ਾਮਿਲ ਹੋ ਸਕਦਾ? ਪੰਜਾਬੀ ਦੇ ਸਾਰੇ ਹੀ ਚੰਗੇ ਆ ਜੀ। ਸਾਰੇ ਹੀ ਆਪਾਂ ਨੂੰ ਚੰਗੇ ਆ ਜੀ, ਕੋਈ ਚੱਕਰ ਜਿਹਦੇ ਨਾਲ ਕਰਾਂਗੇ। ਤੁਹਾਡਾ ਡ੍ਰੀਮ ਕੀ ਹੈਗਾ ਕਿ ਕਿਸ ਸਿਤਾਰੇ ਦੇ ਨਾਲ ਹਜੇ ਕੰਮ ਕਰਨਾ ਬਾਕੀ ਹੈ? ਤੁਸੀਂ ਕਹਿੰਦੇ ਆਪ, ਤੁਸੀਂ ਕਹਿੰਦੇ ਕਿ ਹਜੇ ਮੇਰੀ ਉਮਰ ਬਹੁਤ ਛੋਟੀ ਹੈ, ਹਨਾ, ਸੋ ਡ੍ਰੀਮ ਕਾਫੀ ਹੁੰਦੇ ਸ਼ਖਸ ਦੇ, ਸੰਤੁਸ਼ਟੀ ਮਿਲ ਜਾਏ। ਤੁਸੀਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਗਾਣੇ 'ਚ, ਹਨਾ? ਹਾਂਜੀ ਹਾਂ। ਤੇ ਸਿੱਧੂ ਮੂਸੇਵਾਲੇ ਦੇ ਨਾਲ ਉਹ ਮਤਲਬ ਕਾਫੀ ਰਹਿੰਦੇ ਨੇ ਸੋਸ਼ਲ ਮੀਡੀਆ ਤੇ। ਹਾਂਜੀ ਹਾਂ ਹਾਂ ਹਾਂ। ਕਦੀ ਮਨ ਕੀਤਾ ਕਿ ਸਿੱਧੂ ਬਾਈ ਨੂੰ ਮੈਂ ਕਵਾਂ? ਨਹੀਂ, ਜਦੋਂ ਕਦੇ ਹੋਇਆ ਤੇ ਮੈਂ ਜ਼ਰੂਰ ਕਰੂੰਗਾ ਵੀ ਹਾਂ ਭਾਈ ਵੀ ਏਦਾਂ ਗੱਲਬਾਤ ਆ ਵੀ ਜ਼ਰੂਰ ਕਰਿਓ। ਤੇ ਬਾਕੀ ਮੇਰੇ ਹਿਸਾਬ ਨਾਲ ਜਿਹੜਾ ਸੁਣਨ ਵਾਲਾ ਕੋਈ ਸੁਣਦਾ ਹੀ ਹੋਊਗਾ ਤੇ ਪਹੁੰਚਾ ਦੇ ਮੇਰੀ ਗੱਲ ਉਹਨੂੰ ਤੱਕ। ਜੀ ਬਿਲਕੁਲ ਪਹੁੰਚੇਗੀ। ਵੈਸੇ ਵੀ ਜਿੱਦਾਂ ਗਾਣੇ ਟ੍ਰੈਂਡ ਕਰਦੇ ਆ ਉਹੀ ਯੂਟਿਊਬ ਹਰ ਕੋਈ ਚਲਾਉਂਦਾ ਅੱਜ ਕੱਲ੍ਹ। ਹਾਂਜੀ ਹਾਂ, ਡੈਫੀਨੇਟਲੀ ਉੱਥੋਂ ਤੱਕ ਪਹੁੰਚੇਗਾ ਜੇ ਆਡੀਅੰਸ ਤੱਕ ਪਹੁੰਚਿਆ ਤੇ ਉਹ ਵੀ ਇੱਕ ਆਡੀਅੰਸ ਹੀ ਹੈ। ਬਿਲਕੁਲ ਬਿਲਕੁਲ। ਤੇਰਾ ਸ਼ਾਮ ਨੂੰ ਹਵੇਲੀ ਉੱਤੇ ਚਿੱਲ ਚੱਲਦਾ, ਸ਼ਾਮ ਨੂੰ ਹਵੇਲੀ ਉੱਤੇ ਚਿੱਲ ਚੱਲਦਾ, ਮੇਰਾ ਪੱਕਾ ਏ ਲਿਹਾਜੀ ਮੂਸੇਵਾਲਾ ਗੋਰੀਏ, ਉਹ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ, ਮੇਰੀ ਰੇਂਜ ਵਾਂਗੂ ਦਿਲ ਤੇਰਾ ਕਾਲਾ ਗੋਰੀਏ। ਕਿਆ ਹੈ ਪਰੇਸ਼ਾਨ, ਕਿਆ ਆਪਕੀ ਸਮੱਸਿਆ ਕਾ ਹੱਲ ਨਹੀਂ ਹੋ ਪਾ ਰਹਾ, ਤੋ ਨਿਰਾਸ਼ ਨਾ ਹੋ। 17 ਬਾਰ ਗੋਲਡ ਮੈਡਲਿਸਟ ਮੀ ਆਰ ਰਫੀਕ ਮੁਹੰਮਦ, ਜਿਨਕੇ ਪਾਸ ਹੈ ਆਪਕੀ ਹਰ ਸਮੱਸਿਆ ਕਾ ਹੱਲ, ਚਾਹੇ ਵੋ ਬਿਜ਼ਨਸ ਸੇ ਰਿਲੇਟਡ ਹੋ, ਯਾ ਫਿਰ ਹੋ ਕਰੀਅਰ ਸੇ ਰਿਲੇਟਡ, ਯਾ ਫਿਰ ਹੋ ਲਵ ਰਿਲੇਸ਼ਨਸ਼ਿਪ, ਆਪਕੀ ਸਮੱਸਿਆ ਕਾ ਹੱਲ ਹੋਗਾ 31 ਖਰਡੋ ਮੇ। ਫਿਰ ਦੇਰ ਕਿਸ ਬਾਤ ਕੀ, ਸਕਰੀਨਸ ਪੇ ਦੀਏ ਗਏ ਨੰਬਰਸ ਕੇ ਉੱਪਰ ਕਾਲ ਕਰੋ ਔਰ ਆਪਣੀ ਸਮੱਸਿਆ ਕਾ ਹੱਲ ਜਲਦ ਸੇ ਜਲਦ ਪਾਏ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।